ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਇੱਕ ਛੋਟਾ ਜਿਹਾ ਯਤਨ ਕੀਤਾ ਹੈ, ਵੈਸੇ ਅਸੀਂ ਹਰ ਸਾਲ ਇਹ ਯਤਨ ਕਰਦੇ ਹਾਂ, ਅਤੇ ਅਸੀਂ ਸੋਚਿਆ ਵੀ ਇਸ ਯਤਨ ਵਿੱਚ ਅਸੀਂ ਸਫਲ ਬਹੁਤ ਹੋਏ ਹਾਂ ਵਾਹਿਗੁਰੂ ਦੀ ਕਿਰਪਾ ਨਾਲ, ਅਤੇ ਉਹਦੇ ਨਾਲ ਜੋ ਸਾਡੀ ਸਫਲਤਾ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਵੀ ਤਾਂ ਕਿ ਤੁਸੀਂ ਵੀ ਇਸ ਚੀਜ਼ ਦਾ ਲਾਹਾ ਲਓ, ਅਤੇ ਇਹਦੇ ਉੱਤੇ ਆਪਣੇ ਸਾਰੀ ਮਨੁੱਖਤਾ ਦੀ ਭਲਾਈ ਹੈਗੀ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਇਹ ਧਰਤੀ ਆ, ਇਹ ਧਰਤੀ ਦੇ ਉੱਤੇ ਜੇ ਇੱਕ ਵੀ ਮਨੁੱਖ ਨਾ ਹੋਵੇ ਤਾਂ ਧਰਤੀ ਬਿਲਕੁਲ ਜ਼ਿੰਦਾ ਰਹੂਗੀ ਔਰ ਕੁਦਰਤੀ ਤੌਰ 'ਤੇ ਬਹੁਤ ਹੀ ਸਿਹਤਮੰਦ ਰਹੂਗੀ ਜੇ ਇੱਕ ਵੀ ਬੰਦਾ ਨਾ ਹੋਵੇ ਇਸ ਧਰਤੀ 'ਤੇ। ਲੇਕਿਨ ਜਿਸ ਹਿਸਾਬ ਨਾਲ ਮਨੁੱਖ ਨੇ ਇਸ ਵੇਲੇ ਇਸ ਧਰਤੀ ਦਾ ਪ੍ਰਦੂਸ਼ਣ ਫੈਲਾਇਆ ਹੋਇਆ, ਇਹਨੂੰ ਬਰਬਾਦੀ ਕੀਤੀ ਹੋਈ ਹੈ, ਦਰੱਖਤਾਂ ਦੇ ਪੌਣ ਪਾਣੀ ਦੇ ਪਹਾੜਾਂ ਦੇ ਪਾਣੀ ਦੇ ਅਸੀਂ ਬੈਰੀ ਬਣੇ ਹੋਏ ਹਾਂ, ਉਸ ਹਿਸਾਬ ਨਾਲ ਇਹ ਧਰਤੀ ਕਦੇ ਜ਼ਿੰਦਾ ਨਹੀਂ ਰਹਿ ਸਕੂਗੀ। ਕਹਿਣ ਦਾ ਭਾਵ ਜੇ ਧਰਤੀ 'ਤੇ ਮਨੁੱਖ ਨਾ ਹੋਵੇ ਤਾਂ ਮਨੁੱਖ ਬਿਨਾਂ ਧਰਤੀ ਜ਼ਿੰਦਾ ਰਹਿ ਸਕਦੀ ਹੈ, ਲੇਕਿਨ ਮਨੁੱਖ ਜੇ ਪ੍ਰਦੂਸ਼ਣ ਕਰੇ ਤਾਂ ਧਰਤੀ ਜ਼ਿੰਦਾ ਨਹੀਂ ਰਹਿ ਸਕਦੀ। ਸੋ ਸਾਡੇ ਸਤਿਗੁਰੂ ਜੀ ਨੇ ਵੀ ਇਹੀ ਸਾਨੂੰ ਦੱਸਿਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤਵ। ਸੋ ਆਪਾਂ ਦੇਖੋ ਬਹੁਤ ਸੋਹਣਾ ਮੌਸਮ ਚੱਲ ਰਿਹਾ ਹੈ, ਇਹ ਜਿਹੜਾ ਜੁਲਾਈ ਅਗਸਤ ਦਾ ਮਹੀਨਾ ਚੱਲ ਰਿਹਾ, ਮਾਨਸੂਨ ਸੀਜ਼ਨ ਹੈ, ਇਹਦੇ ਵਿੱਚ ਆਪਾਂ ਨੂੰ ਦਰੱਖਤ ਲਾਉਣੇ ਚਾਹੀਦੇ ਆ, ਵੱਧ ਤੋਂ ਵੱਧ ਜਿੰਨੇ ਵੀ ਲਾ ਸਕਦੇ ਹਾਂ ਜਿੱਥੇ ਵੀ ਆਪਣੀ ਜਗ੍ਹਾ ਹੈਗੀ ਹੈ ਕੋਈ। ਸੋ ਅਸੀਂ ਦਰੱਖਤ ਜਿੰਨੇ ਵੀ ਲਾਏ ਨੇ ਘੱਟੋ ਘੱਟ 150-300 ਦਰੱਖਤ ਅਸੀਂ ਲਾ ਚੁੱਕੇ ਹਾਂ, ਪੌਦੇ ਸ਼ਾਨਦਾਰ ਫਲਦਾਰ, ਅਤੇ ਉਹਦੇ ਵਿੱਚ ਅਸੀਂ ਇੱਕ ਜਿਵੇਂ ਜਿਵੇਂ ਅਸੀਂ ਲਾਏ ਨੇ ਤਜਰਬਾ ਕੀਤਾ ਉਹ ਤਜਰਬਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਕਿਵੇਂ ਆਪਾਂ ਟੋਏ ਤੋਂ ਲੈ ਕੇ ਵੀ ਟੋਆ ਕਿਵੇਂ ਪੱਟਣਾ, ਫਿਰ ਕਿਵੇਂ ਪੌਦਾ ਲਾਉਣਾ, ਅਤੇ ਕਿਵੇਂ ਉਹਦੀ ਉਹ ਸਫਲਤਾ ਹੈ ਉਹ ਸਾਰੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਸੋ ਉਮੀਦ ਆ ਤੁਸੀਂ ਇਸ ਚੀਜ਼ ਦਾ ਲਾਹਾ ਲਓਗੇ, ਆਓ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਵੀ ਜਿਹੜਾ ਟੋਆ ਹੈ ਉਹ ਇਸ ਤਰ੍ਹਾਂ ਪੱਟਿਆ ਹੈ, ਅਗਰ ਇਸ ਤਰ੍ਹਾਂ ਪਹਿਲਾਂ 1.5-2 ਫੁੱਟ ਵਾਂਗੂ ਟੋਆ ਪੱਟ ਕੇ, ਅਤੇ ਇਹਦੇ ਵਿੱਚ ਹਾਂਜੀ ਭਾਈ ਬਲਜੀਤ ਸਿੰਘ ਜੀ ਬੂਟਾ ਲਾਓ, ਇਹ ਤੁਹਾਨੂੰ ਭਾਈ ਬਲਜੀਤ ਸਿੰਘ ਬੂਟਾ ਲਾਉਣਾ ਸ਼ੁਰੂ ਕਰਨਗੇ। ਪਹਿਲਾਂ ਇੱਦਾਂ ਥੋੜ੍ਹਾ ਜਿਹਾ ਪਾਣੀ ਪਾਉਣਾ ਇਹਦੇ ਵਿੱਚ, ਬਸ ਇੰਨਾ ਕੁ ਪਾਣੀ ਪਾਉਣਾ ਖਾਲੀ ਟੋਏ 'ਚ। ਉਸ ਤੋਂ ਬਾਅਦ ਜਿਹੜਾ ਇਹਦਾ ਬੂਟੇ ਦਾ ਇਹ ਲਿਫਾਫਾ ਹੈ ਇਹਨੂੰ ਤੋੜਨਾ, ਬਿਲਕੁਲ ਕੱਢ ਦਿਓ, ਉਹਨੂੰ ਖਾਲੀ ਕਰ ਲਓ, ਅਤੇ ਇਹ ਬੂਟਾ ਫਿਰ ਇਸ ਤਰ੍ਹਾਂ ਬੜੀ ਆਰਾਮ ਨਾਲ ਸ਼ਾਂਤੀ ਨਾਲ ਇਹਦੇ ਵਿੱਚ ਤੁਸੀਂ ਰੱਖ ਦਿਓ, ਉੱਪਰੋਂ ਹੁਣ ਇਹਦੇ ਬਸ ਮਿੱਟੀ ਪਾ ਦਿਓ ਜਲਦੀ ਥੋੜ੍ਹਾ ਜੀ, ਅਤੇ ਇਹਦੇ ਵਿੱਚ ਇਸ ਤਰ੍ਹਾਂ ਮਿੱਟੀ ਪਾ ਕੇ ਆਪਾਂ ਫਿਰ ਇਹਨੂੰ ਪੂਰੀ ਜਾਣੀ ਕਿ ਜ਼ੋਰ ਦੀ ਇਹਨੂੰ ਦਬਾਉਣਾ ਹੈ ਉੱਪਰੋਂ, ਇਹਨੂੰ ਪੋਲਾ ਨਹੀਂ ਛੱਡਣਾ ਹੈ, ਜਗ੍ਹਾ ਪੋਲਾ ਨਹੀਂ ਛੱਡਣੀ, ਪੂਰੀ ਦਾਬ ਦੇਣੀ ਹੈ ਤਾਂ ਕਿ ਇਹਦੇ ਵਿੱਚ ਕੋਈ ਹਵਾ ਕ੍ਰੋਸ ਨਾ ਹੋਵੇ ਅੰਦਰ, ਅਤੇ ਉਸ ਤੋਂ ਬਾਅਦ ਇਹਦੇ ਉੱਪਰ ਥੋੜ੍ਹਾ ਜਿਹਾ ਜਿੰਨਾ ਕੁ ਲੋੜ ਅਨੁਸਾਰ ਪਾਣੀ ਹੈ ਉਹ ਆਪਾਂ ਬਾਅਦ ਦੇ ਵਿੱਚ ਪਾਣੀ ਪਾਉਣਾ। ਫਿਰ ਇਹਦੀ ਪ੍ਰੋਟੈਕਸ਼ਨ ਕਿਵੇਂ ਕਰਨੀ ਆ, ਇਹਨੂੰ ਗਾਰਡ ਕਿਵੇਂ ਆਪਾਂ ਲਾਇਆ ਬਚਾਇਆ, ਇਹਦਾ ਧਿਆਨ ਕਿਵੇਂ ਰੱਖਿਆ, ਇਹ ਸਾਰਾ ਆਪਾਂ ਬਾਅਦ 'ਚ ਫਿਰ ਤੁਹਾਨੂੰ ਬਾਅਦ 'ਚ ਦਿਖਾਵਾਂਗੇ, ਅੱਗੇ ਦਿਖਾਉਂਦੇ ਹਾਂ। ਅਤੇ ਤਕਰੀਬਨ ਅਸੀਂ ਜਿੰਨੇ 300 ਤੋਂ ਵੱਧ ਬੂਟੇ ਲਾ ਚੁੱਕੇ ਹਾਂ ਉਹਦੇ ਵਿੱਚ ਇੱਕ ਵੀ ਬੂਟਾ ਮਿਸ ਨਹੀਂ ਹੋਇਆ, ਇੰਨੀ ਸਫਲਤਾ ਰਹੀ, ਸਾਰੇ ਬੂਟੇ ਜਿੱਥੇ ਵੀ ਲਾਏ ਨੇ ਭਾਵੇਂ ਹੇਠਾਂ ਰੋੜੇ ਆ ਜੋ ਵੀ ਹੈ ਉਹ ਸਾਰੇ ਸਫਲ ਹੋਏ ਨੇ, ਇੱਕ ਵੀ ਬੂਟਾ ਖਰਾਬ ਨਹੀਂ ਹੋਇਆ। ਤਾਂ ਅਸੀਂ ਸੋਚਿਆ ਵੀ ਇਹ ਜਿਹੜੀ ਸਫਲਤਾ ਹੈ ਤੁਹਾਡੇ ਨਾਲ ਸਾਂਝੀ ਕਰੀ ਜਾਵੇ, ਅਤੇ ਤੁਹਾਨੂੰ ਬੇਨਤੀ ਹੈ ਵੀ ਇਸ ਚੀਜ਼ ਨੂੰ ਅਪਣਾ ਕੇ ਕੋਸ਼ਿਸ਼ ਕਰੀਏ ਆਪਾਂ, ਅਤੇ ਉਹਨੂੰ ਆਪਾਂ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਪਿਛਲਾ ਅਸੀਂ ਵੀ ਉਹ ਜਿਹੜੇ ਸਫਲ ਤਜਰਬੇ ਨਾਲ ਅਸੀਂ ਲਾਏ ਆ ਪੌਦੇ ਤੁਹਾਨੂੰ ਦਿਖਾਉਂਦੇ ਹਾਂ, ਇਹ 3-4 ਪੌਦੇ ਇਹਦੇ ਤੁਹਾਨੂੰ ਦਰਸ਼ਨ ਕਰਵਾਉਣੇ ਹਨ, ਨੇੜੇ ਲੈ ਕੇ ਆ ਕਰਦਾ ਨੁਕਸਾਨ ਦਾ, ਆਹ ਦੇਖੋ ਆਹ ਜ਼ੂਮ ਕਰੋ। ਇਸ ਪੌਦੇ ਦੀ ਉਮਰ ਤਕਰੀਬਨ 10-12 ਕੁ ਦਿਨ ਹੈ, ਹਾਲੇ 10-12 ਦਿਨ ਦੇ ਸੁਹਾਂਜਣੇ ਦਾ ਪੌਦਾ ਹੈ, ਇਹ ਬਹੁਤ ਵਧੀਆ ਆਪਣੀ ਗਰੋਥ ਕਰ ਰਿਹਾ ਹੈ। ਇੱਧਰ ਵੀ ਦੇਖੋ, ਦੇਖੋ ਇਹ ਕਚਨਾਰ ਦਾ ਪੌਦਾ ਗਾ, ਬਹੁਤ ਸੋਹਣਾ ਇਹ ਗਰੋਥ ਕਰ ਗਿਆ, ਹਾਈਟ ਕਰ ਗਿਆ, ਇਹ ਵੀ ਉਸੇ ਦਿਨ ਹੀ ਲਾਇਆ, 10-12 ਕੁ ਦਿਨ ਦੀ ਇਹਦੀ ਏਜ ਹੈ। ਇੱਧਰ ਇਹ ਪੌਦਾ, ਇਹ ਪਿਲਕਨ ਦਾ ਪੌਦਾ, ਬਹੁਤ ਸ਼ਾਨਦਾਰ ਹੈ, ਬੋਹੜ ਦੀ ਤਰ੍ਹਾਂ ਹੁੰਦਾ ਇਹ, ਇਹ ਵੀ ਬਹੁਤ ਸੋਹਣੇ ਆਪਣੀ ਗਰੋਥ ਦੇ ਵਿੱਚ ਹੈਗਾ, ਹੈਲਦੀ ਹੈ ਇਸ ਟਾਈਮ। ਸੋ ਇਸ ਤਰ੍ਹਾਂ ਆਪਾਂ ਇਹ ਯਤਨ ਕੀਤਾ ਗਾ, ਸੋ ਤਾਂ ਕਰਕੇ ਤੁਹਾਨੂੰ ਵੀ ਬੇਨਤੀ ਹੈ ਕਿ ਵੀ ਇਸ ਨੂੰ ਗੌਰ ਨਾਲ ਲਾਇਆ ਜਾਵੇ। ਅਤੇ ਵੱਡੀ ਗੱਲ ਇਹ ਹੁੰਦੀ ਪੌਦਾ ਲਾਉਣ ਨਾਲੋਂ ਪੌਦਾ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ,
जो उसकी केयर करांगे उसकी प्रोटेक्शन करांगे फिर ही उसका फायदा है, नहीं इदा लाने तो ला तो भावें हज़ार दो तो जे आप सामभ्या तो फिर वह कोई फायदा नहीं होना। पिछली गल आप की हूँ थोनू दिखाने कि पिछले साल जोड़े पौधे लगे थे उन्होंने ग्रोथ देखो और वाहन कृपा ना इस तरह बड़ी शानदार ग्रोथ कर रहे हैं, तुम देखो आप नेड़े दिखाओ जम करो अगला पौधा उधरला दिखाओ पगली साइड तो उधर दिया था ते दूसरे पौधे है उधर भी सारे उन्होंने भी दिखा दे देखो यदा पता नहीं कोई वक्रा है थोड़ा जहाँ पत्ता किला चौड़ा चौड़ा बहुत ही शानदार उधर सारा आप हम तक वेख चुके हैं भी किमें आप लाने को लैके संभालना हैगा उन्होंने गौर करनी है कि आपकी लोड़ है पौधों की। सो अखीर तो वीडियो में यही कहना चाहते हैं बेनती है कि पूरी मनुखता के भले कि जिन्हें भी आप तो पौधे ला सकी वो घट ही घट है, बहुत सोहना मौसम है, मानसून बहुत सोहनी पंजाब चल रही है, कोशिश करो हर बंदा एक घट्टो घट एक दो चार पाँच पौधे जरूर लावे क्योंकि मनुख का तो रुख का तो कुख का बहुत ज़्यादा नेड़ला संबंध है। रुख तो मनुख तुम समझे हो गए, कुख का भाव धरती क्योंकि धरती की कुख चो इंसान पैदा होंगे तो जो फिर रुख मनुख कुख तो इदों अगे दुख तो सुख इन सारिया चीज़ों का आपस में बहुत ज़्यादा गूढ़ा संबंध है। तो इस करके सानू बहुत जरूरत है। सो वाहिगुरु सब नू चढ़दी कला रखे, नानक नाम चढ़दी कला तेरे भाणे सुबह तक। वाहिगुरु जी का खालसा वाहिगुरू जी की।